ਮੈਨੂੰ ਤੁਸੀਂ ਕੁਐਸਚਨ ਪੁੱਛੋ, ਮੈਂ ਉਹਦੇ ਤੁਹਾਨੂੰ ਜਵਾਬ ਦੇਵਾਂਗੀ। ਤੁਹਾਡੀਆਂ ਨਿਗਾਹ ਸੋਹਣੀਆਂ ਹੋਣੀਆਂ ਵਾ, ਤੁਹਾਡੀਆਂ ਅੱਖਾਂ ਸੋਹਣੀਆਂ, ਇਸ ਕਰਕੇ ਤਾਂ ਤੁਹਾਨੂੰ ਮੈਂ ਸੁਣ। ਭਾਜੀ ਦੀ ਕਿੰਨੀ ਏਜ ਹੈ? ਤੁਹਾਡੀ ਲਵ ਮੈਰਿਜ ਵਿਆਹ ਤੋਂ ਬਾਅਦ ਲਾਈਫ ਕਿੱਦਾਂ ਦੀ ਹੁੰਦੀ? 40 ਸੀਮਟ ਦੇ ਬੋਰੇ, 1 ਟਰਾਲੀ ਰੇਤਾ। ਸਾਰਿਆਂ ਨੇ ਬਹੁਤ ਵਧੀਆ ਹੋਣਗੇ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਹੇਮੂ ਸਿੰਮੂ ਵਲੋਗ ਦੇ ਵਿੱਚ। ਅਤੇ ਅੱਜ ਇਹ ਵਲੋਗ ਮੈਂ ਇਕੱਲੀ ਬਣਾਉਣ ਲੱਗੀ ਸੀ, ਮੈਂ ਡੇਲੀ ਬਣਾਇਆ ਕਰੂੰਗੀ ਵਲੋਗ, ਪਰ ਤੁਹਾਨੂੰ ਪਤਾ ਮੈਂ ਇਕੱਲੀ ਘਰ ਹੁੰਦੀ ਅਤੇ ਇਹ ਸਾਰੇ ਦਿਨ ਸ਼ੋਪ 'ਤੇ ਰਹਿੰਦੇ ਆ, ਅਤੇ ਇਹਦੇ ਨਾਲ ਵਲੋਗ ਸਾਨੂੰ ਬਣਦਾ ਨਹੀਂ। ਜੇ ਮੈਂ ਬਣਾ ਵੀ ਲਵਾਂ ਫਿਰ ਐਡਿਟ ਨਹੀਂ ਹੁੰਦਾ ਇਹ। ਹੁਣ ਮੈਂ ਵਲੋਗ ਨਾ ਅੱਜ ਤੋਂ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਨਾ ਮੈਂ ਕੁਐਸਚਨ ਆਨਸਰ ਦਾ ਪਾਇਆ ਸੀਗਾ ਕਿ ਮੈਨੂੰ ਤੁਸੀਂ ਕੁਐਸਚਨ ਪੁੱਛੋ, ਮੈਂ ਉਹਦੇ ਤੁਹਾਨੂੰ ਜਵਾਬ ਦੇਵਾਂਗੀ। ਇਹਦੇ ਵਿੱਚ ਕਾਫੀ ਕੁਐਸਚਨ ਤਾਂ ਸੇਮ ਸੀਗੇ, ਮੈਂ ਫਿਰ ਲਿਖ ਲਿੱਤੇ ਕਾਪੀ ਵਿੱਚ, ਕਿਉਂਕਿ ਮੇਰੇ ਤੋਂ ਘਰ ਫੋਨ ਇੱਕ ਹੀ ਸੀਗਾ, ਫਿਰ ਇੱਕ ਤਾਂ ਵਲੋਗ ਬਣਦਾ ਪਿਆ ਆ ਅਤੇ ਇੱਕ ਤਾਂ ਹੁਣ ਮੈਂ ਕਾਪੀ 'ਤੇ ਆ ਲਿਖ ਲਿਆ, ਠੀਕ ਹੈ। ਅਤੇ ਇਹਨਾਂ ਨੂੰ ਮੈਂ ਕਿੰਨੀ ਵਾਰ ਕਿਹਾ ਮੈਨੂੰ ਵਲੋਗ ਬਣਾਓ, ਇਹ ਬਣਾਉਂਦੇ ਨਹੀਂ ਸੀ। ਹੁਣ ਕਿਉਂ ਇਹਨੇ ਦਾ ਜਵਾਬ ਮੈਂ ਤੁਹਾਨੂੰ ਇਕੱਲੀ ਦੇਵਾਂਗੀ, ਠੀਕ ਹੈ। ਮੈਂ 1-2 ਜਾਣਿਆਂ ਦੀ ਆਈਡੀਆ ਲਿਖੀਆਂ ਵਾਂ ਜਿਹੜੇ ਮੈਨੂੰ ਲੱਗਦਾ ਸੀ ਕਿ ਮੈਨੂੰ ਲਿਖਣੀ ਚਾਹੀਦੀ ਹੈ, ਠੀਕ ਹੈ। ਅਤੇ ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਆਪਣੀ ਜੋ ਜੋ ਤੁਸੀਂ ਪੁੱਛਿਆ ਉਹਦੇ ਕੁਐਸਚਨ ਦਾ ਜਵਾਬ ਦਿੰਦੀ। ਪਲੀਜ਼ ਵਲੋਗ ਨੂੰ ਲਾਈਕ ਕਰ ਦਿਓ, ਕਿਉਂਕਿ ਮੈਂ ਇਕੱਲੀ ਬਣਾਉਣ ਲੱਗੀ, ਮੇਰੀ ਬੇਇੱਜ਼ਤੀ ਨਾ ਹੋ ਜਾਵੇ ਇਹਨਾਂ ਸਾਹਮਣੇ। ਫਸਟ ਕੁਐਸਚਨ ਸੀਗਾ, ਦੀਦੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਬਹੁਤ ਕਿਊਟ ਹੋ। ਅਸੀਂ ਸ਼ਾਹਕੋਟ ਦੇ ਰਹਿਣ ਵਾਲੇ ਹਾਂ, ਅਤੇ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਕਿਊਟ ਕਿਹਾ। ਐਂਡ ਸੈਕਿੰਡ ਕੁਐਸਚਨ ਹੈ, ਤੁਸੀਂ ਵਲੋਗ ਕਿਉਂ ਨਹੀਂ ਪਾਉਂਦੇ? ਇੱਦਾਂ ਲਿਖਿਆ ਸੀ, ਮੈਂ ਉੱਦਾਂ ਲਿਖਿਆ, ਪਾਉਂਦੇ ਹੁਣ ਆਇਆ। ਵਲੋਗ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ, ਵਲੋਗ ਸਟਾਰਟ ਕਰਨ ਤੋਂ ਪਹਿਲਾਂ, ਕਿ ਮੈਂ ਵਲੋਗ ਬਣਾ ਵੀ ਲਵਾਂ ਨਾ ਤਾਂ ਇਹਨਾਂ ਨੇ ਐਡਿਟ ਨਹੀਂ ਕਰਨਾ ਹੁੰਦਾ, ਮੈਨੂੰ ਐਡਿਟ ਨਹੀਂ ਕਰਨਾ ਹੁੰਦਾ, ਨਾ ਮੈਨੂੰ ਇਹ ਸਿਖਾਉਂਦੇ ਆ, ਤਾਂ ਬਸ ਸਾਰਾ ਦਿਨ ਇਹ ਸ਼ੋਪ 'ਤੇ ਰਹਿੰਦੇ ਆ, ਅਤੇ ਮੈਂ ਘਰ ਸੇਮ ਉਹੀ, ਇਸ ਲਈ ਵਲੋਗ ਨਹੀਂ ਨਿਕਲਦੀ ਪਾ ਸਕਦੀ। ਦੀ ਯੂ ਆਰ ਸੋ ਕਿਊਟ ਐਂਡ ਵਾਏ, ਵਾਏ ਦਾ ਤਾਂ ਪਤਾ ਨਹੀਂ, ਪਰ ਤੁਹਾਡੀਆਂ ਨਿਗਾਹ ਸੋਹਣੀਆਂ ਹੋਣੀਆਂ ਵਾ, ਤੁਹਾਡੀਆਂ ਅੱਖਾਂ ਸੋਹਣੀਆਂ, ਇਸ ਕਰਕੇ ਤਾਂ ਤੁਹਾਨੂੰ ਮੈਂ ਸੋਹਣੀ ਲੱਗਦੀ ਹਾਂ। ਭਾਜੀ ਦੀ ਕਿੰਨੀ ਏਜ ਹੈ ਐਂਡ ਤੁਹਾਡੀ? ਇਹਨਾਂ ਦੀ ਏਜ ਆ 29 ਏ, ਹੁਣ ਹੋਈ ਹੈ ਜਨਵਰੀ ਵਿੱਚ, ਅਤੇ ਮੇਰੀ ਹੁਣ 21 ਹੋ ਜਾਣੀ ਆ ਆ ਵਾਲੀ ਜੂਨ ਦੇ ਵਿੱਚ। ਅਤੇ ਤੁਹਾਡੀਆਂ ਸਿਸਟਰ ਲੋ ਕਿੰਨੀਆਂ ਆ? ਮੇਰੀਆਂ 4 ਨਨਾਨਾਂ ਆ ਅਤੇ 4 ਭੈਣਾਂ ਦੇ 1 ਭਰਾ ਵਾ, ਠੀਕ ਹੈ। ਤੁਹਾਡੀ ਲਵ ਮੈਰਿਜ ਅਰੇਂਜ, ਮੈਂ ਕਿੰਨੀ ਵਾਰੀ ਇਹ ਕੁਐਸਚਨ ਦੱਸਿਆ, ਸਾਡੀ ਲਵ ਮੈਰਿਜ ਹੈ, ਲਵ ਮੈਰਿਜ ਹੈ, ਲਵ ਮੈਰਿਜ ਹੈ। ਨਾਈਸ ਜੋੜੀ, ਤੁਸੀਂ ਸ਼ਾਹਕੋਟ ਤੋਂ ਕਿੱਥੋਂ ਹੋ? ਜਦੋਂ ਲਿਖਿਆ ਨਾ ਉਦੋਂ ਲਿਖਿਆ ਵਾ ਕਿੱਥੋਂ, ਸ਼ਾਹਕੋਟ ਦੇ ਵਿੱਚ ਅਸੀਂ ਸ਼ਾਹਕੋਟ ਹੀ ਰਹਿੰਦੇ, ਲੋਕਲ ਰਹਿੰਦੇ ਹਾਂ, ਮੇਨ ਬਾਜ਼ਾਰ 'ਚ ਥੋੜ੍ਹਾ ਜਿਹਾ ਘਰ ਵਾ ਬਸ ਦੂਰ ਸੀ, ਬਾਜ਼ਾਰ ਥੋੜ੍ਹਾ ਜਿਹਾ ਸਾਈਡ 'ਤੇ, ਠੀਕ ਹੈ। ਹੁਣ ਐਡਰੈਸ ਨਹੀਂ ਦੱਸੂੰਗੀ, ਠੀਕ ਹੈ। ਇੱਕ ਆਈਡੀਆ ਦੀਪ ਕੌਰ 163, ਇਹਨਾਂ ਦੀ ਮੈਂ ਆਈਡੀ ਵੀ ਲਿਖੀ ਸੀ ਸਪੈਸ਼ਲ। ਤੁਹਾਡੀ ਜੋੜੀ ਬਹੁਤ ਕਿਊਟ ਹੈ, ਸਿਸਟਰ ਬ੍ਰਦਰ ਮੈਨੂੰ ਬੋਲਦੇ ਮੇਰੇ ਘਰ ਦੇ ਕਿ ਮੈਂ ਤੁਹਾਡੀ ਕਾਪੀ ਲੱਗਦੀ ਹਾਂ। ਅੱਛਾ, ਤੁਸੀਂ ਮੈਨੂੰ ਆਪਣੀ ਫੋਟੋ ਭੇਜਿਓ, ਠੀਕ ਹੈ, ਮੈਂ ਦੇਖੂੰਗੀ ਸੱਚੀ ਤੁਸੀਂ ਕਾਪੀ ਲੱਗਦੇ ਹਾਂ। ਅਤੇ ਇਸ ਤੋਂ ਬਾਅਦ ਹੈਗਾ ਨੈਕਸਟ, ਮੈਰਿਜ ਨੂੰ ਕਿੰਨੇ ਈਅਰਸ ਹੋ ਗਏ? ਮੈਂ ਤੁਹਾਨੂੰ ਮਿਲਣਾ ਆ, ਤੁਸੀਂ ਬਹੁਤ ਕਿਊਟ ਕਪਲ ਹੋ। ਮੈਰਿਜ ਨੂੰ ਆਹ ਵਾਲੀ ਮੇ ਦੇ ਵਿੱਚ 20 ਮਈ ਨੂੰ ਸਾਨੂੰ ਹੋ ਜਾਣੇ 3 ਸਾਲ। ਅਤੇ ਤੁਸੀਂ ਹਾਂਜੀ, ਤੁਸੀਂ ਮੈਨੂੰ ਇੰਸਟਾ 'ਤੇ ਮੈਸੇਜ ਕਰਿਓ, ਮੈਂ ਤੁਹਾਨੂੰ ਰਿਪਲਾਈ ਕਰੂੰਗੀ, ਠੀਕ ਹੈ। ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸ਼ੇਅਰ ਕਰਨੀ ਸੀ, ਮੈਂ ਨਾ ਇੱਥੇ ਕਿਸੇ ਆਈਡੀ ਮੈਂ 2 ਜਾਣਿਆਂ ਦੀ ਲਿਖੀ ਸੀ, ਕਿਉਂਕਿ ਮੈਨੂੰ ਲੱਗਦਾ ਸੀ ਤੁਹਾਨੂੰ ਦੱਸਿਆ ਨਾ ਜਿਨ੍ਹਾਂ ਨੂੰ ਆਈਡੀ ਮੇਰੇ ਤੋਂ ਲਿਖਣੀ ਹੋਣੀ ਸੀ, ਕਿਉਂਕਿ ਮੈਂ ਤਾਂ ਤੁਹਾਨੂੰ ਦੱਸਿਆ ਮੇਰੇ ਤੋਂ ਫੋਨ ਨਹੀਂ ਸੀ, ਫਿਰ ਆਈਡੀ ਬੋਲਣੀ ਬਹੁਤ ਔਖੀ ਲੱਗਣੀ ਸੀ, ਅਸੀਂ ਮੈਂ ਸਿੱਧੇ ਕੁਐਸਚਨ ਚੱਕ ਲਿਆ, ਠੀਕ ਹੈ। ਲਿਖਿਆ ਵਾ, ਮੈਰਿਜ ਫੋਟੋ ਕਿਉਂ ਨਹੀਂ ਅਪਲੋਡ ਕਰਦੇ ਤੁਸੀਂ? ਇੱਕ ਸੀਗਾ, ਮੈਰਿਜ ਤੋਂ ਪਹਿਲਾਂ ਦੀ ਫੋਟੋ ਕਿਉਂ ਨਹੀਂ ਤੁਸੀਂ ਅਪਲੋਡ ਕਰਦੇ?
ਮੈਂ ਆਪਣੇ ਮੇਰੀ ਆਈਡੀ ਆ ਨਾ ਜਿਹੜੀ ਸਿੰਮੂ ਵਾਲੀ, ਸਿੰਮੂ ਕੌਰ ਵਾਲੀ, ਤੁਸੀਂ ਉਹਦੇ 'ਤੇ ਜਾਓਗੇ। ਮੈਂ ਆਪਣੀ ਉਹ ਹਾਈਲਾਈਟ ਦੇ ਵਿੱਚ ਵੀਡੀਓ ਜਿਹੀਆਂ ਪਾਈਆਂ ਹੋਈਆਂ ਵਾ, ਵੈਸੇ ਅਪਲੋਡ ਕਰਨ ਨੂੰ ਮੈਂ ਇੱਥੇ ਕਰ ਦੂੰਗੀ ਮੈਰਿਜ ਤੋਂ ਪਹਿਲਾਂ ਦੀ ਫੋਟੋ ਜੀ ਐਡਿਟ ਕਰ ਦਿਓ ਇੱਥੇ, ਕਹਿ ਤਾਂ ਮੈਂ ਇਹਨਾਂ ਨੂੰ ਕਰ ਦੂੰਗੀ। ਤੁਸੀਂ ਦਸੂਏ ਕਦੋਂ ਆਉਣਾ, ਮੈਂ ਤੁਹਾਨੂੰ ਮਿਲਣਾ ਆ, ਪਲੀਜ਼ ਮੈਨੂੰ ਦੱਸਿਓ। ਦਸੂਏ ਅਸੀਂ ਇੱਕ ਵਾਰ ਆਏ ਸੀਗੇ, ਉਦੋਂ ਅਸੀਂ 3-4 ਦਿਨ ਰਹਿ ਕੇ ਆਏ ਸੀ ਉੱਥੇ, ਘੁੰਮ ਫਿਰ ਕੇ ਆਏ ਸੀਗੇ, ਅਤੇ ਹੁਣ ਜਦੋਂ ਵੀ ਆਵਾਂਗੇ ਤੁਹਾਨੂੰ ਜ਼ਰੂਰ ਦੱਸਾਂਗੇ। ਐਂਡ ਨੈਕਸਟ ਕੁਸ਼ਚਨ ਹੈਗਾ, ਤੁਸੀਂ ਸ਼ਾਹਕੋਟ ਲੋਕਲ ਤੋਂ ਹੀ ਹੋ? ਹਾਂਜੀ ਲੋਕਲ ਹੀ ਹਾਂ ਅਸੀਂ। ਉਸ ਤੋਂ ਬਾਅਦ ਤੁਹਾਡਾ ਡੇਟ ਆਫ ਬਰਥ ਕਦੋਂ? ਨਹੀਂ ਨਹੀਂ, ਬਰਥਡੇ 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 ਕਦੋਂ ਆ ਤੁਹਾਡਾ? ਯਾਰ ਮੈਂ ਡੀ ਓ ਵੀ ਲਿਖਿਆ ਨਾ, ਮੈਨੂੰ ਦਿਮਾਗ ਨੇ ਆਪ ਹੀ ਲਿਖਿਆ, ਆਪ ਹੀ ਭੁੱਲ ਗਈ। ਮੇਰਾ ਬਰਥਡੇ ਹੈਗਾ 16 ਜੂਨ ਨੂੰ, ਜੋ ਕਿ ਗਰਮੀਆਂ 'ਚ ਆਊਗਾ। ਐਂਡ ਇਸ ਤੋਂ ਬਾਅਦ ਹੈਗਾ, ਚੰਡੀਗੜ੍ਹ ਕਦੋਂ ਆਉਂਗੇ? ਚੰਡੀਗੜ੍ਹ ਅਸੀਂ ਲਾਸਟ ਟਾਈਮ ਪਿਛਲੇ ਸਾਲ ਸਤੰਬਰ 'ਚ ਗਏ ਸੀਗੇ, ਹੁਣ ਪਤਾ ਨਹੀਂ ਕਦੋਂ ਜਾਵਾਂਗੇ। ਬਾਕੀ ਦੇਖੋ ਜਦੋਂ ਰੱਬ ਨੇ ਚਾਹਿਆ। ਇੱਕ ਦਾ ਸੀਗਾ, ਇੱਕ ਦਾ ਆਇਆ, ਤੁਸੀਂ ਕਪੂਰਥਲੇ ਕਦੋਂ ਆਉਂਗੇ? ਕਪੂਰਥਲੇ ਵੀ ਸਾਨੂੰ ਪਤਾ ਨਹੀਂ ਕਦੋਂ ਆਵਾਂਗੇ। ਵੈਸੇ ਮੇਰੇ ਨਾਨਕੇ ਆ ਉੱਥੇ, ਪਰ ਉੱਥੇ ਵੀ ਬਹੁਤ ਟਾਈਮ ਹੋ ਗਿਆ, ਮੈਂ ਗਈ ਨਹੀਂ। ਇੱਕ ਵਾਰ ਗਈ ਹਾਂ ਵਿਆਹ ਤੋਂ ਬਾਅਦ, ਉਸ ਤੋਂ ਬਾਅਦ ਮੈਂ ਵੀ ਨਹੀਂ ਗਈ, ਪਰ ਜਦੋਂ ਵੀ ਆਊਂਗੀ ਮੈਂ ਸਟੋਰੀ ਤਾਂ ਪਾਉਣੀ ਹੁੰਦੀ, ਮੈਂ ਕਿਤੇ ਵੀ ਜਾਂਦੀ। ਫਿਰ ਮੈਂ ਨਾ ਇਹ ਜਗ੍ਹਾ 'ਤੇ ਨਾਮ ਪਾਇਆ, ਇੱਕ ਹੈਗਾ ਤੁਸੀਂ ਲੁਧਿਆਣੇ ਕਦੋਂ ਆਉਣਾ? ਲੁਧਿਆਣੇ ਆਈ ਥਿੰਕ ਮੈਂ ਨਾ ਅਪ੍ਰੈਲ ਦੇ ਲਾਸਟ ਜਾਂ ਮਈ ਦੇ ਫਸਟ ਵੀਕ ਤੱਕ ਮੈਂ ਲੁਧਿਆਣੇ ਆਉਣਾ ਵਾਂ। ਮੈਂ ਪਹਿਲੇ ਦੱਸਤਾ ਆ, ਵਿਆਹ ਤੋਂ ਬਾਅਦ ਲਾਈਫ ਕਿੱਦਾਂ ਦੀ ਹੁੰਦੀ? ਵਿਆਹ ਤੋਂ ਬਾਅਦ ਲਾਈਫ ਉਜੜਾ ਚਮਨ? ਇੱਦਾਂ ਨਹੀਂ, ਇੱਦਾਂ ਦੀ ਨਹੀਂ ਗੱਲ। ਵਿਆਹ ਤੋਂ ਬਾਅਦ ਲਾਈਫ ਵਧੀਆ ਹੁੰਦੀ ਹੈ ਜੇ ਆਪਣਾ ਪਾਰਟਨਰ ਵਧੀਆ ਮਿਲ ਜਾਵੇ, ਫਿਰ ਵਧੀਆ ਹੀ ਹੁੰਦੀ ਆ। ਪਹਿਲਾਂ ਪਹਿਲਾਂ ਆਪਾਂ ਨੂੰ ਔਖਾ ਲੱਗਦਾ ਸਾਰਾ ਕੁਛ ਸਾਂਭਣਾ, ਅਤੇ ਮੇਰੀ ਭੈਣ ਦਾ ਹੱਥ ਕੰਬਦਾ ਪਿਆ ਆ, ਕੈਮਰਾ ਨਾ ਦੁਬਾਰਾ ਸਟਾਰਟ ਕਰਾਇਆ। ਮੈਂ ਤੈਨੂੰ ਦੱਸਦੀ ਪਈ ਸੀ ਵਿਆਹ ਤੋਂ ਬਾਅਦ ਲਾਈਫ, ਲਾਈਫ ਬਹੁਤ ਵਧੀਆ ਹੁੰਦੀ ਹੈ ਜੇ ਘਰ ਵਾਲਾ ਚੰਗਾ ਮਿਲੇ, ਠੀਕ ਹੈ? ਅਤੇ ਲਵ ਮੈਰਿਜ ਕਰਨ ਦਾ ਫਾਇਦਾ ਹੈ, ਕਿਸੇ ਨੇ ਪੁੱਛਿਆ? ਹਾਂ ਜ਼ਰੂਰ, ਜੇ ਘਰ ਵਾਲਾ ਚੰਗਾ ਮਿਲੇ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਸੇਮ ਆ, ਜੇ ਘਰ ਵਾਲਾ ਤੁਹਾਨੂੰ ਵਧੀਆ ਮਿਲ ਜਾਵੇ ਤਾਂ ਵਿਆਹ ਤੋਂ ਬਾਅਦ ਲਾਈਫ ਵੀ ਵਧੀਆ ਹੋ ਜਾਂਦੀ ਆ। ਫਿਰ ਮੈਟਰ ਨਹੀਂ ਕਰਦਾ ਕਿ ਪਿੱਛੇ ਇਨ ਲੋਸ ਕਿੱਦਾਂ ਰਿਹਾ, ਠੀਕ ਹੈ? ਘਰ ਵਾਲਾ ਵਧੀਆ ਹੋਵੇ, ਸਾਰਾ ਕੁਛ ਵਧੀਆ। ਅਤੇ ਕਿਸੇ ਦਾ ਕਮੈਂਟ ਹੈ, ਸੁਨੇਹਾ ਤੁਹਾਡੀ ਫਰੈਂਡ ਕਿੱਦਾਂ ਬਣੀ? ਸੁਨੇਹਾ ਮੇਰੀ ਫਰੈਂਡ ਬਣੀ ਸੀ ਕਿਸੇ ਦੇ ਥਰੂ, ਉਹ ਵੀ ਮੇਰੀ ਫਰੈਂਡ ਸੀਗੀ, ਉਹ ਫਰੈਂਡ ਦੇ ਥਰੂ ਸੁਨੇਹਾ ਬਣੀ ਮੇਰੀ ਫਰੈਂਡ, ਬਾਅਦ 'ਚ ਹੁਣ ਸੁਨੇਹਾ, ਬਸ ਸੁਨੇਹਾ ਉਮੀਦ ਕਿਸੇ ਦੇ ਥਰੂ ਬਣੀ ਸੀ ਮੇਰੀ ਫਰੈਂਡ, ਅਤੇ ਹੁਣ ਵੀ ਉਹ ਫਰੈਂਡ ਹੀ ਹੈ ਮੇਰੀ। ਮੈਂ ਨਾ ਵਲੋਗ ਜ਼ਿਆਦਾ ਵੱਡਾ ਨਹੀਂ ਕਹਿਣਾ, ਇੱਕ ਦਾ ਉਹ ਸੀਗਾ ਕਮੈਂਟ ਕੁਸ਼ਚਨ, ਓਫੇਸ਼ੀਅਲ ਅੰਡਰਸਕੋਪ ਆਰਟ ਅੰਡਰਸਕੋਪ 2009, ਉਹਨਾਂ ਦਾ ਸੀਗਾ ਤੁਹਾਡਾ ਘਰ ਕਿਹੜੀ ਸਾਈਡ ਹੈ, ਠੀਕ ਹੈ? ਸ਼ਾਹਕੋਟ ਦੇ ਵਿੱਚ, ਅਤੇ ਸਾਡਾ ਘਰ ਸ਼ਾਹਕੋਟ ਦੇ ਵਿੱਚ ਹੀ ਹੈ। ਇਵੇਂ ਮੈਂ ਥੋੜ੍ਹੀ ਦੱਸੂੰਗੀ ਤੁਹਾਨੂੰ ਕਿਹੜੀ ਸਾਈਡ ਹੈ, ਠੀਕ ਹੈ? ਐਡਰੈਸ ਨਹੀਂ ਦੱਸ ਸਕਦੀ, ਫਿਰ ਨਾ ਲੋਕ ਘਰ ਆ ਕੇ ਬਹੁਤ ਤੰਗ ਕਰਦੇ, ਕਈ ਵਾਰ ਅਸੀਂ ਘਰ ਨਹੀਂ ਹੁੰਦੇ, ਫਿਰ ਸਾਨੂੰ ਵੀ ਸ਼ਰਮ ਆਉਂਦੀ ਜੇ ਸਾਡੀ ਗਲੀ ਵਿੱਚ ਹੀ ਤਾਂ ਚੰਗਾ ਨਹੀਂ ਲੱਗਦਾ ਤੁਸੀਂ ਘਰ ਆਉਂਦੇ। ਹਾਂ ਪਰ ਅਸੀਂ ਇਹ ਨਹੀਂ ਕਹਿੰਦੇ ਨਾ ਆਓ, ਪਰ ਸਾਨੂੰ ਦੱਸ ਕੇ ਆਓ ਤੁਸੀਂ, ਠੀਕ ਹੈ? ਇਹਨਾਂ ਦਾ ਹੀ ਇੱਕ ਕਮੈਂਟ ਆ, ਕਹਿੰਦੇ ਤੁਸੀਂ ਆਪਣਾ ਘਰ ਰੈਨੋਵੇਟ ਕਰਵਾ ਲਓ। ਅੱਛਾ ਮੇਰੀ ਗੱਲ ਸੁਣੋ, ਇੱਦਾਂ ਕਰਿਓ, ਰੈਨੋਵੇਟ ਤਾਂ ਅਸੀਂ ਉੱਦਾਂ ਵੀ ਕਰਾਉਣਾ ਸੀਗਾ ਅਸੀਂ ਥੋੜ੍ਹੇ ਟਾਈਮ ਤੱਕ, ਪਰ ਹੁਣ ਸਾਡਾ ਕੈਂਸਲ ਹੋ ਗਿਆ। ਹੁਣ ਮੈਂ ਤੁਸੀਂ ਬੈੱਡ ਵਾਲਾ ਵਲੋਗ ਪਤਾ ਨਹੀਂ ਮੈਨੂੰ ਦੇਖਿਆ ਹੋਊਗਾ ਕਿ ਨਹੀਂ, ਪਰ ਪਤਾ ਨਹੀਂ ਹੁਣ ਮੈਨੂੰ ਇਹ ਪਾਉਣਗੇ ਕਿ ਨਹੀਂ, ਕਿਉਂਕਿ ਉਹ ਵਲੋਗ 14 ਫੈਬ ਦਾ ਬਣਿਆ ਹੋਇਆ ਵਾ, ਵੈਲੈਂਟਾਈਨ ਡੇ ਵਾਲੇ ਦਿਨ ਦਾ ਬਣਿਆ ਹੋਇਆ, ਪਰ ਮੈਨੂੰ ਲੱਗਦਾ ਹੁਣ ਇਹ ਪਾਉਣਗੇ ਕਿਉਂਕਿ ਮੈਨੂੰ ਬਹੁਤ ਟਾਈਮ ਹੋ ਗਿਆ। ਮੈਂ ਤੁਹਾਨੂੰ ਦੱਸਦੀ ਹਾਂ, ਅਸੀਂ ਨਾ ਘਰ ਤਿਆਰ ਕਰਾਉਣਾ ਸੀ, ਪਰ ਕੁਛ ਰੀਜ਼ਨ ਕਰਕੇ ਨਾ ਹੁਣ ਉਹ ਨਹੀਂ ਹੋਊਗਾ, ਕਿਉਂਕਿ ਅਸੀਂ ਆਪ ਹੀ ਥੋੜ੍ਹਾ ਲੇਟ ਕਰਤਾ। ਕੋਈ ਗੱਲ ਨਹੀਂ, ਘਰ ਤਾਂ ਫਿਰ ਵੀ ਬਣ ਜੂਗਾ, ਰਹਿੰਦੇ ਤਾਂ ਅਸੀਂ ਆਪਣੇ ਘਰ 'ਚ ਹੀ ਹਾਂ, ਘਰ ਤਾਂ ਫਿਰ ਵੀ ਬਣ ਜੂਗਾ, ਠੀਕ ਹੈ?
ਤੇ ਮੈਨੂੰ ਨਾ ਇੱਕ ਮਿੰਟ ਕਾਫੀ ਜਣਿਆਂ ਨੇ ਕਿਹਾ ਤੁਸੀਂ ਆਪਣਾ ਘਰ ਤਿਆਰ ਕਰਾ ਲਓ, ਪਲਸਤਰ ਕਰਾ ਲਓ, ਇੱਦਾਂ ਕਰੋ। ਮੈਂ ਤੁਹਾਨੂੰ ਗੱਲ ਦੱਸ ਦਿੱਤੀ ਹਾਂ, 40 ਸੀਮਿੰਟ ਦੇ ਬੋਰੇ, 1 ਟਰਾਲੀ ਰੇਤਾ ਤੇ ਮਿਸਤਰੀਆਂ ਦਾ ਖਰਚਾ ਘੱਟੋ ਘੱਟ 3 ਲੱਖ ਰੁਪਇਆ ਦੇ ਜਿਓ, ਤਿਆਰ ਹੋਣ ਨੂੰ ਪੂਰਾ ਘਰ ਲੱਗੂਗਾ। ਠੀਕ ਹੈ, ਫਿਰ ਆਪਾਂ ਕਰਾ ਲਾਂਗੇ। ਇੱਦਾਂ ਹੋਰ ਵੀ ਕਾਫੀ ਜਣੇ ਦੇ ਆਏ ਸੀ ਕਮੈਂਟ, ਮੈਂ ਕਿਹਾ ਵੀ ਇੱਦਾਂ ਕਾ ਦੱਸ ਦਿੰਦੀ, 3 ਲੱਖ ਰੁਪਇਆ ਲੱਗਣਾ ਵਾ, ਤੁਸੀਂ ਆ ਜਿਓ ਤੇ ਪੈਸੇ ਦੇ ਦਿਓ, ਫਿਰ ਆਪਾਂ ਕਰਾ ਲਾਂਗੇ। ਠੀਕ ਹੈ, ਬਸ ਇੰਨਾ ਕਾ ਖਰਚਾ ਸੀ ਤੁਹਾਨੂੰ ਦੱਸਿਆ, ਮੈਂ ਕਿ ਮਜ਼ਾਕ ਕਰਦੀ ਹਾਂ, ਗੁੱਸਾ ਨਾ ਕਰਿਓ। ਠੀਕ ਹੈ, ਅਤੇ ਅਸੀਂ ਕਰਾਉਣਾ ਸੀਗਾ ਘਰ ਤਿਆਰ, ਪਰ ਹੁਣ ਮੈਂ ਆਪ ਹੀ ਮਨਾ ਕਰਤਾ ਕਿ ਨਹੀਂ ਕਰਾਉਣਾ ਹਜੇ, ਕਿਉਂਕਿ ਹਰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹਰ ਘਰ ਦੇ ਵਿੱਚ, ਤੁਹਾਨੂੰ ਪਤਾ ਹੀ ਆ। ਅਤੇ ਬਾਕੀ ਅਸੀਂ ਕਰਨ ਵੀ ਦੋਨੋਂ ਹੀ ਆ, ਦੋਨੇ ਜਣੇ ਨੇ ਕਰਨਾ, ਕਮਾਉਣਾ ਤਾਂ ਇਹਨਾਂ ਨਹੀਂ ਆ, ਮੈਂ ਤਾਂ ਸੇਵਿੰਗ ਹੀ ਕਰ ਸਕਦੀ ਹਾਂ, ਬਸ ਇਹੀ ਸੀਗਾ। ਅਤੇ ਕਈਆਂ ਦੇ ਕਮੈਂਟ ਸੀਗੇ ਕਿ ਤੁਸੀਂ ਆਪਣੀ ਮਦਰ ਇਨ ਲਾਅ ਨਾਲ ਵੀਡੀਓ ਕਿਉਂ ਨਹੀਂ ਬਣਾਉਂਦੇ। ਗਾਈਜ਼, ਉਹ ਆਪ ਹੀ ਨਹੀਂ ਬਣਾਉਂਦੇ, ਮੈਂ ਕੀ ਕਰਾਂ, ਉਹ ਬੜੇ ਸ਼ਾਈ ਹੈ। ਉਹ ਕਈ ਕਹਿੰਦੇ ਤੁਸੀਂ ਉਹਨਾਂ ਦੇ ਨਾਲ ਨਹੀਂ ਰਹਿੰਦੇ, ਉਹ ਭਰਾਵਾ ਘਰੇ ਹੀ ਰਹਿੰਦੇ ਆ, ਸਾਡਾ ਇੱਕੋ ਘਰ ਆ, ਅਸੀਂ ਕਿੱਥੇ ਜਾਣਾ। ਅਤੇ ਉਹ ਨਾ ਉਹਨਾਂ ਨੂੰ ਇੱਦਾਂ ਨਹੀਂ ਗਾ, ਸਾਡੀ ਲਾਈਫ ਵਿੱਚ ਉਹ ਇੰਟਰਫੇਅਰ ਬਿਲਕੁਲ ਨਹੀਂ ਕਰਦੇ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਈ ਵਾਰ ਕਿ ਉਹ ਸਾਡੇ ਨਾਲ ਵੀਡੀਓ ਬਣਾਉਂਦੇ, ਮਤਲਬ ਫੋਟੋਜ਼ ਵਗੈਰਾ ਅਸੀਂ ਖਿੱਚੀ ਹਾਂ ਜਦੋਂ ਅਸੀਂ ਦੀਦੀਆਂ ਦੇ ਘਰ ਜਾਈਦਾ, ਪਰ ਇੱਦਾਂ ਨਹੀਂ ਉਹਨਾਂ ਨੂੰ ਨਹੀਂ ਵਧੀਆ ਲੱਗਦਾ। ਠੀਕ ਹੈ, ਬਾਕੀ ਉਹ ਵੀਡੀਓ ਵਗੈਰਾ ਦੇਖਦੇ ਆ, ਹੁਣ ਉਹ ਥੋੜ੍ਹਾ ਜਿਹਾ ਮਤਲਬ ਘੁਲਣ ਮਿਲਣ ਲੱਗੇ, ਮਤਲਬ ਵੀਡੀਓ ਦੇ ਚੱਕਰ 'ਚ ਹੁਣ ਥੋੜ੍ਹਾ ਰਹਿੰਦੇ ਆ। ਅਤੇ ਇੱਕ ਵਲੋਗ ਇੱਕ ਸੀਗਾ ਕੁਐਸਚਨ, ਬੇਬੀ ਕਦੋਂ ਪਲੈਨ ਕਰਨਾ, ਕਦੋਂ ਪਲੈਨ ਕਰਨਾ। ਚਲੋ ਇੱਦਾਂ, ਬਾਕੀ ਤੁਹਾਨੂੰ ਮੈਂ ਤੁਹਾਨੂੰ ਹੋਰ ਵੀ ਦੱਸਾਂ, ਕਾਫੀ ਕਮੈਂਟ ਆਏ ਹੋਏ ਆ ਬੇਬੀ ਦੇ ਰਿਲੇਟਿਡ, ਇਹ ਮੈਂ ਵਲੋਗ ਵੱਖਰਾ ਬਣਾਉਂਗੀ ਜਿਹਦੇ ਵਿੱਚ ਇਹ ਵੀ ਹੋਣਗੇ। ਠੀਕ ਹੈ, ਇਹ ਨਹੀਂ ਮੈਨੂੰ ਪਤਾ ਕਿ ਮੈਂ ਇਹ ਵਲੋਗ ਦੇ ਲਾਸਟ ਵਿੱਚ ਹੀ ਕਲਿੱਪ ਐਡ ਕਰਦਾ। ਠੀਕ ਹੈ, ਅਤੇ ਮਿਲਦੇ ਹਾਂ ਹੁਣ ਤੁਹਾਨੂੰ ਨੈਕਸਟ ਵਲੋਗ ਵਿੱਚ। ਹੋਪ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਹੋਊਗਾ। ਮੈਨੂੰ ਨਹੀਂ ਪਤਾ ਇਹ ਵਲੋਗ ਕਿੰਨਾ ਵੱਡਾ ਬਣਿਆ ਹੋਊਗਾ ਕਿ ਛੋਟਾ ਬਣਿਆ ਹੋਊਗਾ, ਕਿਉਂਕਿ ਮੈਂ ਜਵਾਬ ਸਾਰਿਆਂ ਦੇ ਜਲਦੀ ਜਲਦੀ ਦੇ ਦਿੱਤੇ ਆ। ਠੀਕ ਹੈ, ਤੁਹਾਨੂੰ ਸਾਡੇ ਘਰ ਦੀਆਂ ਸੀਟੀਆਂ ਵੀ ਫਸਦੀਆਂ ਪਈਆਂ ਥੱਲੇ, ਕਿਉਂਕਿ ਦਾਲ ਬਣ ਗਈ ਹੈ, ਮੈਨੂੰ ਤੜਕਾ ਲਾਉਣ ਜਾਣਾ ਪੈਣਾ, ਅਤੇ ਟਾਈਮ ਵੀ ਸ਼ਾਮ ਦੇ 6 ਵੱਜ ਗਿਆ। ਚਲੋ, ਤੁਹਾਨੂੰ ਹੋਪ ਅੱਜ ਦਾ ਵਲੋਗ ਵਧੀਆ ਲੱਗਿਆ ਹੋਊਗਾ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਐਂਡ ਜੇ ਤੁਹਾਨੂੰ ਕੋਈ ਗਲਤੀ ਲੱਗਦੀ ਤੁਸੀਂ ਮੈਨੂੰ ਦੱਸ ਦਿਆ ਕਰੋ। ਠੀਕ ਹੈ, ਬਾਕੀ ਇਹ ਨਾ ਕਿਹਾ ਬੋਲਦੀ ਬਹੁਤ ਆ, ਉਹ ਜਿਹੜੀ ਮੈਂ ਸੀਮਿੰਟ ਵਾਲੀ ਗੱਲ ਕੀਤੀ ਸੀ ਮੈਂ ਮਜ਼ਾਕ 'ਚ ਕੀਤੀ ਸੀ। ਠੀਕ ਹੈ, ਕਿ ਨਹੀਂ ਤੁਸੀਂ ਤਾਂ ਚਲੋ ਤੁਸੀਂ ਤਾਂ ਉੱਦਾਂ ਕਿਹਾ ਹੋਊਗਾ, ਤੁਸੀਂ ਆਪਣਾ ਘਰ ਰੈਨੋਵੇਟ ਕਰਾ ਲਓ, ਪਰ ਕਈ ਹੋਰ ਤਰੀਕੇ ਨਾਲ ਕਹਿੰਦੇ ਹੈ ਨਾ। ਮੇਰੀ ਭੈਣ ਨੇ ਇੱਦਾਂ ਕਿਹਾ ਪਿੱਛੇ ਟੋਂਟ ਮਾਰਦੇ, ਠੀਕ ਆ, ਸੁਣ ਗਿਆ, ਟੋਂਟ ਨਹੀਂ ਮਾਰਨਾ ਗਾ, ਮੈਂ ਦੱਸ ਦਿੰਦੀ ਹਾਂ। ਬਾਲੀ ਵਾਲਾ ਖਰਚਾ ਦੱਸਤਾ, ਸੀਮਿੰਟ ਦੀਆਂ ਬੋਰੀਆਂ ਵਗੈਰਾ ਸਟਾ ਦਿਓ ਅਤੇ ਰੇਤਾ ਵਗੈਰਾ। ਠੀਕ ਹੈ, ਅਤੇ ਚਲੋ ਆਪਾਂ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ। ਹੋਪ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਹੋਊਗਾ, ਅਤੇ ਚੈਨਲ ਨੂੰ ਸਬਸਕ੍ਰਾਈਬ ਮੈਂ ਤੁਹਾਨੂੰ ਪਹਿਲੇ ਦੱਸਤਾ, ਅਤੇ ਸਾਰੇ ਜਣੇ ਪਲੀਜ਼ ਸਪੋਰਟ ਕਰਿਓ, ਐਂਡ ਮੈਂ ਬਹੁਤ ਜਲਦੀ ਤੁਹਾਨੂੰ ਇੱਕ ਗੁੱਡ ਨਿਊਜ਼ ਵੀ ਦੇਣ ਵਾਲੀ ਹਾਂ। ਠੀਕ ਹੈ, ਮਿਲਦੇ ਹਾਂ ਨੈਕਸਟ ਵਲੋਗ ਵਿੱਚ।